ਸਨ ਜਦੋਂ ਜੰਗਲਾਂ ਦੇ ਸਿਆਲਾਂ ਨੇ ਇਕੱਠੇ ਹੋ ਕੇ ਮਿਰਜ਼ਾ ਮਾਰ ਲਿਆ, ਨਾਲ ਲੈ ਕੇ ਸੀ ਕਾਜੀ ਨੂੰ। ਕਾਜੀ ਕਿਸ ਵਾਸਤੇ ਗਿਆ ਸੀ? ਨਿਕਾਹ ਬਣਾਉਣ ਵਾਸਤੇ, ਜਾਨਾਂ ਵਾਲੇ ਨਾਲ ਲੈ ਕੇ ਆਏ ਸੀ। ਕਹਿੰਦੇ ਸਿਆਲ ਫੱਤੂ ਨੂੰ ਬੋਲਦੇ, ਤੂੰ ਆ ਸਾਡਾ ਕਾਜੀ, ਹੁਕਮ ਦਵੇਂ ਦੱਸ ਵੀ ਉਹ ਜੱਟ ਨੂੰ ਕਬਰ ਪਤਾ ਕੇ ਕਾਜੀ। ਕਹਿੰਦੇ ਹੈਗਾ ਤਾਂ ਜੱਟ ਸੀ, ਹੈਗਾ ਤਾਂ ਮੁਸਲਮਾਨ ਸੀ, ਇਹਨੇ ਮੁਸਲਮਾਨਾਂ ਵਾਲਾ ਕੰਮ ਕੋਈ ਨਹੀਂ ਕਰਿਆ, ਇਹਨੇ ਗੈਰ ਸਰਾ ਕੰਮ ਕਰਿਆ, ਜਿਹੜੇ ਧੀ ਮਾਮੇ ਦੀ ਕੱਢ ਕੇ ਲੈ ਗਿਆ, ਨਿਕਾਹ ਕਰਾ ਕੇ ਲੈ ਜਾਂਦਾ, ਇਹਨੇ ਕੋਈ ਕੰਮ ਮੁਸਲਮਾਨਾਂ ਵਾਲਾ ਕਰਿਆ ਨਹੀਂ, ਤੂੰ ਦੱਸ ਹੁਣ ਇਹਨੂੰ ਦੱਬੀਏ ਜਾਂ ਫੁੱਕੀਏ। ਕਹਿੰਦੇ ਸਿਆਲ ਫੱਤੂ ਨੂੰ ਬੋਲਦੇ, ਤੂੰ ਆ ਸਾਡਾ ਕਾਜੀ, ਹੁਕਮ ਸਮੇਂ ਤਾਂ ਦੱਬੀਏ, ਜੱਟ ਨੂੰ ਕਬਰ ਪਟਾ ਕੇ ਤਾਜੀ, ਕਾਹਨੂੰ ਵਕਤ ਬਿਹਾਉਂਦਾ, ਇਹਦੀ ਬੀਤ ਗਈ ਆ ਬਾਜੀ। ਕਹਿੰਦੇ ਇਹਦੀ ਬੀਤ ਗਈ ਆ ਬਾਜੀ, ਜੇ ਇਹਦੀ ਲੋਥ ਰੁਲੇ ਵਿੱਚ ਸ਼ਹਿਰ ਦੇਸ਼ ਵਿੱਚ ਰੱਬ ਨਹੀਂ ਹੈਗਾ। ਅੱਗੇ ਉਹ ਫੱਤੂ ਬੋਲਿਆ, ਜਿਹੜਾ ਸੱਚਾ ਬਦਲ ਕਰੇ, ਕਹਿੰਦਾ ਦਿਖਾ ਬਣਾਵੋ ਇਸ ਦੀ ਉਹ ਅੱਖਾਂ ਤੋਂ ਦੂਰ ਪਰੇ, ਕਹਿੰਦਾ ਦਿਖਾ ਬਣਾਵੋ ਜੱਟ ਦੀ ਅੱਖਾਂ ਤੋਂ ਦੂਰ ਪਰੇ, ਇਹਦਾ ਅਗਲਾ ਖੋਜ ਮੁਕਾ ਦਿਓ ਅੱਗੇ ਤੋਂ ਨਾ ਹੋਰ। ਅੱਗੇ ਉਹ ਫੱਤੂ ਬੋਲਿਆ ਸਿਆਲਾਂ ਨੂੰ, ਕਹੇ ਸਫਾ, ਕਹਿੰਦਾ ਜਿਹੜਾ ਮਿਸਲਾ ਵਿੱਚ ਕਿਤਾਬ ਦੇ ਉਹ ਤੁਹਾਨੂੰ ਮੈਂ ਦਿਆ ਸਾਂ, ਜੇ ਤੁਸੀਂ ਮਿਰਜ਼ੇ ਨੂੰ ਦੱਬਿਆ ਦਿਓਗੇ ਵੱਡਾ ਢੇਰ ਬਣਾ, ਇੱਥੇ ਬੱਦਲ ਬਰਸੂ ਸੌਣ ਦਾ, ਇਹਦੇ ਹੋਜੂ ਕਬਰ ਤੇ ਗਾਂ, ਮੱਝਾਂ ਗਾਂ ਲਵੇਰੀਆਂ ਉਹ ਚੁਗਣ ਕਬਰ ਦਾ। ਕਹਿੰਦੇ ਇਹ ਮੱਝਾਂ ਤੇ ਗਾਂ ਲਵੇਰੀਆਂ ਇਹ ਚੁਗਣ ਕਬਰ ਦਾ, ਕਹਾ ਘਰੇ ਗਈਆਂ ਨੂੰ ਜੋ ਕੇ ਉਹ ਤੁਸੀਂ ਤਾਂ ਦਵੋਗੇ ਦੁੱਧ ਜੀ। ਕਹਿੰਦਾ ਘਰੇ ਗਈਆਂ ਨੂੰ ਚੋ ਕੇ ਜਾ ਕੇ ਦਵੋਗੇ ਦੁੱਧ ਜਮਾ, ਉੱਠ ਸਵੇਰੇ ਰਿੜਕ ਕੇ ਫਿਰ ਮੱਖਣ ਲਵੋਗੇ ਨਾ। ਕਹਿੰਦਾ ਤੁਹਾਡੀਆਂ ਲੱਸੀ ਓਏ ਪੀਣ ਕੁਆਰੀਆਂ, ਬਈ ਸਭ ਜਾਣ ਗਿਆ ਇਸੇ ਰਾਹ ਕਰਕੇ ਲੱਕੜਾਂ ਇਕੱਠੀਆਂ, ਇੱਕ ਜੱਟੀ ਦੀ ਉਹ ਜਿਖਾ ਬਣਾ, ਇਹਨੂੰ ਲਾ ਦਿਓ ਮਮਤਾ ਅੰਦਰ ਦੀ ਵੱਢ ਜਾਊਗੀ ਸਵਾਦ ਬਣਾ।